ਇਹ ਸੂਬਾ ਜਾ ਕਿੱਧਰ ਨੂੰ ਰਿਹਾ ਹੈ ਇਹ ਹਾਲਾਤ ਜਾ ਕਿੱਧਰ ਨੂੰ ਰਿਹਾ ਹੈ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਇਸ ਸੂਬੇ ਦੇ ਵਿੱਚ ਹੈ ਵੀ ਕਿ ਨਹੀਂ ਹੈ ਕੋਈ ਐਡਮਿਨਿਸਟ੍ਰੇਸ਼ਨ ਕੋਈ ਕੰਟਰੋਲ ਨਾਂ ਦੀ ਚੀਜ਼ ਇਸ ਸੂਬੇ 'ਚ ਹੈ ਕਿ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾ ਕੇ ਥਾਣਿਆਂ ਤੇ ਹਮਲੇ ਹੋਣ ਲੱਗੇ 마ੜੇ ਤੋਂ 마ੜੇ ਹਾਲਾਤਾਂ ਚ ਇਹੋ ਜਿਹੇ ਇਨਸੀਡੈਂਟਸ ਇਹੋ ਜਿਹੇ ਵਾਕਏ ਨਹੀਂ ਹੋਏ ਸੀ ਪੁਲਿਸ ਕੁੱਟੀ ਜਾਂਦੀ ਐ ਐਸਪੀ ਦਾ ਸਿਰ ਪਾੜਿਆ ਜਾਂਦਾ ਅੱਜ 6 ਦਿਨ ਹੋ ਗਏ ਉਹਨਾਂ ਦੋਸ਼ੀਆਂ ਤੇ ਐਫਆਈਆਰ ਵੀ ਦਰਜ ਨਹੀਂ ਹੋਈ ਅਜੇ ਤੱਕ ਜੇਲ੍ਹਾਂ ਚ ਬੈਠੇ ਕ੍ਰਾਈਮ ਸਿੰਡੀਕੇਟ ਚਲਾ ਰਹੇ ਐ ਗੈਂਗਸਟਰਸ ਜੇਲ੍ਹਾਂ ਚ ਬੈਠੇ ਮਰਡਰ ਐਕਸਟੋਰਸ਼ਨ ਕਿਡਨਾਪਿੰਗਸ ਨੂੰ ਅੰਜਾਮ ਦੇ ਰਹੇ ਐ ਤੁਸੀਂ ਇਹ ਹਾਲਾਤ ਵੇਖੋ ਪੰਜਾਬ ਚ ਕਿ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਬਾਹਰ ਕ੍ਰਾਈਮ ਕਰਾ ਰਹੇ ਆ ਤੇ ਬਾਹਰ ਬੈਠੇ ਗੈਂਗਸਟਰ ਜੇਲ੍ਹਾਂ ਚ ਮਰਡਰ ਕਰਾ ਰਹੇ ਇੱਕ ਨਵੇਂ ਤਰ੍ਹਾਂ ਦੇ ਹਾਲਾਤ ਬਣ ਗਏ ਤੁਸੀਂ ਵੇਖੋ ਕੱਲ ਉਹ ਜੇਲ੍ਹ ਚ ਸਿੱਧੂ ਮੂਸੇ ਵਾਲੇ ਦੇ ਜਿਹੜੇ ਦੋ ਮੇਨ ਅਕਿਊਜ਼ਡ ਮਾਰੇ ਗਏ ਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਜੀ ਇਸ ਕਦੇ ਜੀ ਫਲਾਣੇ ਨੇ ਜ਼ਿੰਮੇਵਾਰੀ ਬਾਹਰ ਬੈਠੇ ਨੇ ਲੈ ਲਈ ਪਰ ਜੇਲ੍ਹ ਮੰਤਰੀ ਦੀ ਜ਼ਿੰਮੇਵਾਰੀ ਹੈ ਜੇ ਮੁੱਖ ਜੇ ਮੁੱਖ ਅਕਿਊਜ਼ਡ ਜਾਂ ਮੁੱਖ ਗਵਾਹ ਕਿਤੇ ਮਾਰੇ ਜਾਂਦੇ ਆ ਜੇਲ੍ਹਾਂ ਦੇ ਵਿੱਚ ਤਾਂ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਫਿਕਸ ਕਰਨੀ ਪੈਣੀ ਹੈ ਰਾਕਟ ਲਾਂਚਰਾਂ ਨਾਲ ਹਮਲੇ ਹੁੰਦੇ ਆ ਇੰਟੈਲੀਜੈਂਸ ਹੈੱਡਕੁਆਰਟਰ ਤੇ ਹੋਗੇ ਪੁਲਿਸ ਥਾਣਿਆਂ ਤੇ ਹੋਗੇ ਕਤਲ ਕੱਲ ਚਾਰ ਕਤਲ ਤਾਂ ਕੱਲ ਹੋਇਆ ਪੱਟੀ ਦਾ ਇੱਕ ਐਕਸ ਚੇਅਰਮੈਨ ਮਾਰਤਾ ਉਦੋਂ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਬੰਦੇ ਫੜੇ ਗਏ ਦਿੱਲੀ ਪੁਲਿਸ ਵੱਲੋਂ ਤੇ مانਸਾ ਸੀਆਈਏ ਚੋਂ ਫਰਾਰ ਕਰਾ ਦਿੱਤੇ ਗਏ ਪੰਜਾਬ ਵੱਲੋਂ ਇੰਨਾ ਹਾਲਾਤਾਂ ਚ ਕਰਪਸ਼ਨ ਦਾ ਬੋਲਬਾਲਾ ਹੈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਇਨਸਿਕਿਉਰਿਟੀ ਹਰ ਬੰਦੇ ਦੇ ਮਨ ਚ ਅੱਜ ਵੱਡ ਚੁੱਕੀ ਹੈ ਕਿ ਕੀ ਅਸੀਂ ਅੱਜ ਇੱਥੇ ਸੇਫ ਹੈ ਸਾਡੇ ਬੱਚਿਆਂ ਦਾ ਫਿਊਚਰ ਸੇਫ ਹੈ ਇਹ ਨਹੀਂ ਪਤਾ 게ਟ ਨਿਕਲੀਏ ਕੀ ਹਾਲਾਤ ਹੋ ਜਾਣੇ ਸੋ ਇੰਨਾ ਹਾਲਾਤਾਂ ਚ ਨਾਰਮਲੀ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਆਪਦੀ ਕਾਰਗੁਜ਼ਾਰੀ ਠੀਕ ਕਰਨ ਸਰਕਾਰਾਂ ਨੂੰ ਇਹਨਾਂ ਹਾਲਾਤਾਂ ਤੇ ਨੱਥ ਪਾਉਣੀ ਚਾਹੀਦੀ ਹੈ ਹਾਲਾਤ ਕੰਟਰੋਲ ਕਰਨੇ ਚਾਹੀਦੇ ਆ ਪਰ ਪੰਜਾਬ ਦੀ ਸਰਕਾਰ ਇਸ ਪਾਸੇ ਨੂੰ ਨਹੀਂ ਜਾ ਰਹੀ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਤਰੀਕਾ ਲੱਭਿਆ ਕਿ ਲੋਕਾਂ ਦਾ ਧਿਆਨ ਭਟਕਾ ਦਿਓ ਮੁੱਦੇ ਤੋਂ ਤੇ ਸੂਬਾ ਖਾਵੇ ਖਸਮਾਂ ਨੂੰ ਅੱਗਾ ਲੱਗੀ ਜਾਣ ਲੋਕਾਂ ਦਾ ਧਿਆਨ ਹੀ ਨਾ ਜਾਣ ਦਿਓ ਉਸ ਦੇਖੋ ਕਬੂਤਰ ਰੰਗੂ ਜੇ ਅੱਖਾਂ ਮੀਚ ਲਾਂਗੇ ਤਾਂ ਹਾਲਾਤ ਨਹੀਂ ਬਦਲਣਗੇ ਤੇ ਧਿਆਨ ਭਟਕਾਉਣ ਵਾਸਤੇ ਸਰਕਾਰ ਨੇ ਕੀ ਕੀਤਾ ਤੁਸੀਂ ਇਹ ਵੇਖੋ ਇੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਦਿਨ-ਬਦਨ ਵਿਗੜਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਤੇ ਲੋਕਾਂ ਦਾ ਜਿਹੜਾ ਵੱਧਦਾ ਰੋਸ ਹੈ ਉਹਦੇ ਤੋਂ ਧਿਆਨ ਭਟਕਾਉਣ ਵਾਸਤੇ ਹੁਣ ਸਰਕਾਰ ਨੇ ਕੀ ਕੀਤਾ ਕੋਟਕਪੂਰਾ ਫਾਇਰਿੰਗ ਕੇਸ ਚ ਇੱਕ ਝੂਠਾ ਮਨਕਰਤ ਬੇਬੁਨਿਆਦ ਬੇਸਲੈਸ ਆਧਾਰਹੀਨ ਇੱਕ ਚਲਾਨ ਇੱਕ ਡਾਕੂਮੈਂਟ ਪੇਸ਼ ਕਰਕੇ ਜਿਹਦੇ ਚ ਨਾ ਪਾ ਦਿੱਤੇ ਕਿ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤਾਂ ਕਿ ਲੋਕਾਂ ਦਾ ਇਹਨਾਂ ਮੁੱਦਿਆਂ ਤੋਂ ਧਿਆਨ ਹਟ ਜਾਵੇ ਤੇ ਫੇਰ ਸਰਕਾਰ ਤੇ ਸਰਕਾਰੀ ਮਸ਼ੀਨਰੀ ਲਾਤੀ ਸਰਕਾਰ ਨੇ ਆਪਦੇ ਪਿੱਠੂ ਲਾਤੇ ਸਾਰੇ ਚਾਹੇ ਉਹ ਮੋਰਚਿਆਂ ਤੇ ਬੈਠੇ ਐ ਚਾਹੇ ਬਾਣਾ ਸਿੱਖੀ ਦਾ ਪਾਇਆ ਸਾਰੇ ਪਿੱਠੂ ਲਾ ਕੇ ਇਹ ਪ੍ਰਚਾਰ ਵੱਲ ਨੂੰ ਤੋਰਤਾ ਕਿ ਜੀ ਇਹ ਬੇਅਦਬੀ ਦੇ ਮਸਲਿਆਂ 'ਚ ਚਲਾਨ ਕਰਤਾ ਆਪਦੀ ਮਸ਼ੀਨਰੀ ਵਰਤ ਕੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਹੁਣ ਝੂਠੇ ਚਲਾਨ ਪੇਸ਼ ਕਰਨ ਤੋਂ ਬਾਅਦ ਇੱਕ ਗੁੰਮਰਾਹਕੂਨ ਪ੍ਰਚਾਰ ਚਲਾਤਾ ਮੈਂ ਉਹ ਬਾਕੀ ਗੱਲਾਂ ਤੇ ਆਉਣ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦਿਆਂ ਸਪਸ਼ਟ ਕਰ ਦਿਆਂ ਕਿਉਂਕਿ ਕਈ ਲੋਕਾਂ ਨੂੰ ਕਨਫਿਊਜ਼ਨ ਪੈਦਾ ਕਰ ਦਿੰਦੇ ਆ ਇੰਨਾ ਵੱਡਾ ਪ੍ਰਚਾਰ ਮਾਧਿਅਮੇ ਚ ਚਲਾਉਂਦੇ ਆ ਮੈਂ ਇਹ ਕਲੀਅਰ ਕਰ ਦਿਆਂ ਕਿ ਇਹ ਵੱਖਰੇ ਕੇਸ ਹੈ ਜਿਹੜੀਆਂ ਜਿਹੜੇ ਇਨਸੀਡੈਂਟਸ ਹੈ ਇਹ ਤਿੰਨ ਵੱਖਰੇ ਇਨਸੀਡੈਂਟ ਹੈ ਸਭ ਤੋਂ ਦੁਖਦਾਈ ਘਟਨਾ ਮੰਦ ਭਾਗੀ ਘਟਨਾ ਜੀ ਦੀ ਮੈਂ ਪਹਿਲਾਂ ਵੀ ਕਿਹਾ ਜਿੰਨਾ ਚਿਰ ਜ਼ਿੰਦਗੀ ਰਹੂਗੀ ਉਨਾ ਚਿਰ ਦੁੱਖ ਰਹੂਗਾ ਕਿ ਬੇਅਦਬੀ ਦੀਆਂ ਘਟਨਾਵਾਂ 2015 ਚ ਹੋਈਆਂ ਇਹ ਸਾਡੀ ਸਰਕਾਰ ਦੌਰਾਨ ਹੋਈ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਇਸ ਗੱਲ ਦਾ ਵੀ ਨਾਲ ਦੁੱਖ ਰਹੂਗਾ ਕਿ ਉਸ ਦਿਨ ਤੋਂ ਬਾਅਦ ਇਹਦੇ ਤੇ ਲਗਾਤਾਰ ਸਿਆਸਤ ਹੀ ਕੀਤੀ ਗਈ ਪਾਰਟੀਆਂ ਨੇ ਹੁਣ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਆ ਉਹਦੇ ਚ ਵੀ ਮੈਂ ਲੋਕਾਂ ਨੂੰ ਦੱਸ ਦਿਆਂ ਕਿ 3 ਐਫ ਆਈ ਆਰਾਂ ਦਰਜ ਹੋਈਆਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਚਿੱਤੋਂ ਬੁਰਜ ਜਵਾਰ ਸਿੰਘ ਵਾਲੇ ਤੋਂ ਪੋਸਟਰ ਲਾਏ ਗਏ ਪ੍ਰਕਾਰ ਦੀ ਤੇ ਮੁੜ ਕੇ ਗੁਰੂ ਸਾਹਿਬ ਦੇ ਅੰਗ ਖਲਾਰੇਗੇ ਇਹ ਤਿੰਨ ਐਫ ਆਈ ਆਰ ਆ ਬੇਅਦਬੀ ਦੇ ਕੇਸ ਟੋਟਲ ਜਿਹੜਾ ਸੈਕਰੀਲੇਜ ਬੇਅਦਬੀ ਦਾ ਕੇਸ ਹੈ ਉਹਦੇ ਚ ਤਿੰਨ ਐਫ ਆਈ ਆਰ ਆ ਇਹਨਾਂ ਤਿੰਨਾਂ ਐਫ ਆਈ ਆਰਾਂ ਦੇ ਵਿੱਚ ਸਿਟ ਨੇ ਆਫ ਦੀ ਇਨਵੈਸਟੀਗੇਸ਼ਨ ਕਨਕਲੂਡ ਕਰਤੀ ਉਹਦੀ ਫਾਈਨਲ ਰਿਪੋਰਟ ਜਿਹੜੀ ਹੈ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਆ ਮੈਂ ਤੁਹਾਨੂੰ ਦਿਖਾ ਦਿਆਂ ਅਖਬਾਰ ਦੀ ਖਬਰ ਵੀ ਸ਼ਿੱਟ ਰਿਪੋਰਟ ਔਨ ਬਰਗਾੜੀ ਸੈਕ੍ਰੇਲੇਜ ਬਲੇਮਸ ਡੇਰਾ ਸੱਚਾ ਸੌਦਾ ਸੀਐਮ ਭਗਵੰਤ ਮਾਨ ਹੈਂਡਸ ਓਵਰ ਰਿਪੋਰਟ ਟੂ ਸਿੱਖ ਲੀਡਰਸ ਇਹ ਬੇਅਦਬੀ ਦੇ ਤਿੰਨੇ ਕੇਸਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੰਕਲੂਡ ਹੋਈ ਸੀਐਮ ਨੇ ਰਿਪੋਰਟ ਜਾਰੀ ਕੀਤੀ ਦੋਸ਼ੀ ਨਾਮਜ਼ਦ ਕੀਤੇ ਗਏ ਚਲਾਨ ਪੇਸ਼ ਹੋ ਗਿਆ ਟਰਾਇਲ ਚੱਲ ਪਿਆ ਤੇ ਇਹ ਕਹਿੰਦੇ ਆ ਕਿ ਇਹ ਬੇਅਦਬੀ ਦੇ ਕੇਸਾਂ ਚ ਮੈਂ ਇੱਕ ਹੋਰ ਦੱਸ ਦਿਆਂ ਅੱਜ ਮੈਨੂੰ ਪਤਾ ਲੱਗਿਆ ਕੁਝ ਪੱਤਰਕਾਰਾਂ ਵੱਲੋਂ ਕਿ ਜਿਹੜਾ ਬੇਅਦਬੀ ਦੇ ਕੇਸਾਂ ਦਾ ਟ੍ਰਾਇਲ ਹੈ ਉਹ ਤਾਂ ਇੱਥੋਂ ਅੱਜ ਕੋਰਟ ਨੇ ਸ਼ਿਫਟ ਕਰਕੇ ਚੰਡੀਗੜ੍ਹ ਕੋਰਟ ਚ ਭੇਜ ਦਿੱਤਾ ਤੇ ਤੁਹਾਡਾ ਤਾਂ ਚਲਾਨ ਹੀ ਫਰੀਦਕੋਟ ਦਾਖਲ ਹੋਇਆ ਸੋ ਇਹ ਆ ਬੇਅਦਬੀ ਦੇ ਕੇਸਸ ਇਹਨਾਂ ਕੇਸਾਂ ਚ ਜਿਹੜੀ ਰਿਪੋਰਟ ਪੇਸ਼ ਹੋਈ ਚਲਾਨ ਪੇਸ਼ ਹੋਇਆ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਯਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਜਾਂ ਵਰਕਰ ਦਾ ਦੂਰ ਦੂਰ ਤੱਕ ਦਾ ਇਹ ਸੰਬੰਧ ਸਥਾਪਿਤ ਨਹੀਂ ਕਰ ਸਕੇ ਕਿਸੇ ਦਾ ਨਾਮ ਨਹੀਂ ਉਹਦੇ ਵਿੱਚ ਸ਼ਾਮਲ ਕਰ ਸਕੇ ਬੇਅਦਬੀ ਦੇ ਕੇਸਾਂ ਦੀ ਜਿਹੜੀ ਚਲਾਨ ਪੇਸ਼ ਹੋਏ ਦੂਸਰਾ ਕੇਸ ਆਇਆ ਬੈਬਲ ਕਲਾ ਜਿੱਥੇ ਦੋ ਸਿੰਘ ਸ਼ਹੀਦ ਹੋਏ ਦੁਖਦਾਈ ਘਟਨਾ ਹੋਈ ਉੱਥੇ ਉਹਦਾ ਵੀ ਇੱਕ ਚਲਾਨ ਪੇਸ਼ ਹੋਇਆ ਕੁੰਮਰ ਵਿਜੇ ਪ੍ਰਤਾਪ ਨੇ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਉਹ ਵੀ ਇੱਥੇ ਫਰੀਦਕੋਟ ਕੋਰਟ 'ਚ ਉਹਦੇ ਵਿੱਚ ਵੀ ਉਸ ਚਲਾਨ 'ਚ ਕਿਸੇ ਵੀ ਅਕਾਲੀ ਦਲ ਦੇ ਵਰਕਰ ਜਾਂ ਲੀਡਰ ਦਾ ਦੂਰ ਦੂਰ ਤੱਕ ਇਹ ਸੰਬੰਧ ਸਥਾਪਿਤ ਨਹੀਂ ਕਰ ਸਕਿਆ ਉਸ ਵੇਲੇ ਦੀ ਸਰਕਾਰ ਦਾ ਕੋਈ ਉਹਦੇ 'ਚ ਰੋਲ ਨਹੀਂ ਸਥਾਪਿਤ ਕਰ ਸਕੇ ਫਿਰ ਆਇਆ ਤੀਜਾ ਕੇਸ ਕੋਰਟ ਕਪੂਰੇ ਫਾਈਲ ਜਿੱਥੇ ਕੋਟਕਪੂਰੇ ਧਰਨਾਕਾਰੀਆਂ ਚ ਤੇ ਪੁਲਿਸ ਦੇ ਵਿੱਚ ਉਸ ਵੇਲੇ ਝੜਪ ਹੋਈ ਐਸ ਡੀ ਐਮ ਜੀ ਨੇ ਸਟ ਕੋਲੇ ਬਿਆਨ ਦਿੱਤੇ ਕਿ ਉਸ ਵੇਲੇ ਮੈਂ ਮੌਕੇ ਤੇ ਐਸ ਮੈਜਿਸਟਰੇਟ ਮੌਜੂਦ ਸੀ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਮੈਂ ਪੁਲਿਸ ਨੂੰ ਪਹਿਲਾਂ ਲਾਠੀ ਚਾਰਜ ਦਾ ਮੁੜ ਕੇ ਪਾਣੀ ਦੀਆਂ ਬਿਛਾੜਾਂ ਦਾ ਮੁੜ ਕੇ ਫਾਇਰਿੰਗ ਦਾ ਮੈਂ ਆਰਡਰ ਦਿੱਤਾ ਉਹਨਾਂ ਨੂੰ ਆਗਿਆ ਦਿੱਤੀ ਤੇ ਐਸ ਡੀ ਐਮ ਅੱਜ ਵੀ ਆਪਦੇ ਬਿਆਨਾਂ ਤੇ ਹਰ ਸਿੱਟ ਚ ਹਰ ਕੋਰਟ ਚ ਉਥੇ ਕਾਇਮ ਹੈ ਉਹ ਕਹਿੰਦਾ ਉੱਥੇ ਤਾਂ ਹਾਲਾਤ ਇਹ ਬਣ ਗਏ ਸੀ ਤੇ ਮੈਂ ਟੈਲੀਫੋਨ ਕਰਕੇ ਕਿਹਨੂੰ ਪੁੱਛ ਲੈਣਾ ਸੀ ਮੈਂ ਕੀ ਕਰਾਂ ਮੈਂ ਮੌਕੇ ਦਾ ਮੈਜਿਸਟ੍ਰੇਟ ਸੀ ਮੈਂ ਦਿੱਤੇ ਹੁਕਮ ਉਹਦਾ ਉਸ ਇਨਸੀਡੈਂਟ ਚ 2015 ਦਾ ਇਨਸੀਡੈਂਟ ਹੈ 2018 ਦੇ ਵਿੱਚ ਅਜੀਤ ਸਿੰਘ ਨਾਂ ਦਾ ਬਰਨਾਲੇ ਦਾ ਸਾਡਾ ਵੀਰ ਜੀ ਦੇ ਪੱਟ ਚ ਗੋਲੀ ਵੱਜੀ ਸੀ ਉਹਨੂੰ 2018 ਚ ਸਰਕਾਰ ਕਾਂਗਰਸ ਦੀ ਸਰਕਾਰ ਨੇ ਬਲਾ ਕੇ ਐਫ ਆਈ ਆਰ ਦਰਜ ਕਰਾਈ ਤੇ ਐਫ ਆਈ ਆਰ ਦੇ ਵਿੱਚ ਉਹਦੇ ਬਿਆਨ ਹੈ ਕਿ ਮੈਂ ਅੱਜ ਤੋਂ ਪਹਿਲਾਂ ਕਿਸੇ ਪੁਲਿਸ ਥਾਣੇ ਜਾਂ ਕਿਸੇ ਪੁਲਸ ਵਾਲੇ ਕੋਲੇ ਐਫ ਆਈ ਆਰ ਦਰਜ ਕਰਾਉਣ ਨਹੀਂ ਗਿਆ 3 ਸਾਲ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਉਸ ਐਫ ਆਈ ਆਰ ਦੇ ਵਿੱਚ ਬਾਦਲ ਸਾਹਿਬ ਉਸ ਵੇਲੇ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਸ ਵੇਲੇ ਦੇ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਨੂੰ ਇਹ ਨਾਮਜ਼ਦ ਕਰ ਦਿੰਦੇ ਸੋ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਸੀ ਕਿ ਇਹ ਤਿੰਨ ਵੱਖਰੇ ਕੇਸ ਐ ਇਨਸੀਡੈਂਟ ਵੱਖਰੇ ਐ ਬੇਅਦਬੀ ਦੇ ਕੇਸਾਂ 'ਚ ਤਿੰਨੇ ਐਫ ਆਈ ਆਰਾਂ 'ਚ ਕਿਸੇ ਦਾ ਨਾਮ ਨਹੀਂ ਬੈਬਲ ਕਲਾਂ ਦੇ ਕੇਸ 'ਚ ਕਿਸੇ ਦਾ ਨਾਮ ਨਹੀਂ ਇਹ ਕੋਰਟ ਕਪੂਰੇ ਦੇ ਵਿੱਚ ਪਾਉਣ ਵਾਸਤੇ ਫਿਰ ਵੇਖੋ ਤਾਣਾ ਬਾਣਾ ਕਿੱਡਾ ਬੁਣਿਆ ਇਹਨਾਂ ਨੇ 7000 ਪੇਜ ਦਾ ਇੱਕ ਚਲਾਨ ਤਿਆਰ ਕੀਤਾ ਇਹਨਾਂ ਨੇ ਮੈਂ ਕੱਲ ਹੀ ਕਿਸੇ بڑے ਉੱਗੇ ਵਕੀਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ 307 ਦਾ ਕੇਸ ਐ ਤੇ ਕਿੰਨੇ ਸਫਿਆਂ ਤੇ ਆਮ ਤੌਰ ਤੇ ਚਲਾਨ ਆਉਂਦੇ ਆ ਕਹਿੰਦਾ ਜੀ 100 ਤੋਂ ਘੱਟ ਘੱਟ ਹੀ ਹੁੰਦੇ ਆ ਬੇਅਦਬੀ ਦੇ ਕੇਸ ਤਿੰਨੇ ਐਫ ਆਈ ਆਰਾਂ ਦੇ ਚਲਾਨ ਆਏ 500 ਪੇਜ ਦਾ ਚਲਾਨ ਹੈ ਬਾਈਬਲ ਕਲਾਹ ਦਾ ਚਲਾਨ ਆਇਆ 450 ਸਫੇ ਦਾ ਚਲਾਨ ਹੈ 7000 ਪੇਜ ਦਾ ਤਾਣਾ ਬਾਣਾ ਵੇਖੋ ਬੁਲਿਆ ਤੇ ਇਦੋਂ ਵੀ ਅੱਗੇ ਵੇਖੋ 6 ਫਰਵਰੀ ਨੂੰ ਐਸ ਆਈ ਟੀ ਵਾਲੇ ਇਸ਼ਤਿਹਾਰ ਦਿੰਦੇ ਆ ਕਿ ਅਸੀਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਆ ਅਸੀਂ ਲੱਗੇ ਆ ਕਿਸੇ ਸਿਰੇ ਨਹੀਂ ਲੱਗ ਰਹੀ ਤੇ ਜੇ ਕਿਸੇ ਕੋਲ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਨੂੰ 10 ਤਰੀਕ ਤੇ 14 ਤਰੀਕ ਨੂੰ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਉਹਦੀ ਜਾਣਕਾਰੀ ਦੇਵੇ 10 ਨੂੰ ਤੇ 14 ਨੂੰ ਲੋਕਾਂ ਨੇ ਸੰਪਰਕ ਕੀਤਾ ਜਿਹਨੂੰ ਕੋਈ ਜਾਣਕਾਰੀ ਸੀ ਉਹਨੇ ਜਾਣਕਾਰੀ ਦਿੱਤੀ ਹੁਣ ਤੁਸੀਂ ਇਹ ਵੇਖੋ ਉਸ ਤੋਂ ਬਾਅਦ 8 ਦਿਨਾਂ ਬਾਅਦ 14 ਤਰੀਕ ਤੱਕ ਕੁਝ ਨਹੀਂ ਸੀ ਇਹਨਾਂ ਕੋਲੇ 14 ਤਰੀਕ ਤੋਂ 8 ਦਿਨਾਂ ਬਾਅਦ 7000 ਪੇਜ ਦਾ ਚਲਾਨ ਵੀ ਤਿਆਰ ਹੋ ਗਿਆ। ਇਹ ਕਿਨੂੰ ਮੂਰਖ ਬਣਾ ਰਿਹਾ 1000 ਪੇਜ ਆ ਰੋਜ਼ ਲਿਖ ਲੈਂਦੇ ਸੀ। ਏਵਿਡੈਂਸ ਵੀ ਇਕੱਠਾ ਕੀਤਾ, ਉਹਨੂੰ ਮਾਈਂਡ ਵੀ ਅਪਲਾਈ ਕੀਤਾ, ਉਹਦੇ 'ਚ ਕੁਝ ਇਹ ਵੀ ਲਾਇਆ ਹੋਣਾ ਵੀ ਇਹਦੇ 'ਚ ਸੱਚ ਕੀ ਹੈ, ਝੂਠ ਕੀ ਹੈ। ਤੇ 7000 ਪੇਜ ਹਫ਼ਤੇ 'ਚ ਤਿਆਰ ਕਰਕੇ 1000 ਪੇਜ ਰੋਜ਼ ਲਿਖਤਾ ਇਹਨਾਂ ਨੇ। ਆ ਮੈਂ ਤਾਂ ਐਲਕੇ ਯਾਦਵ ਤੇ ਉਹ ਨਾਲ ਇਹਦੇ ਅਗਰਵਾਲ ਤੇ ਉਹ ਖਰਾਣਾ। ਮੈਂ ਤਾਂ ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਤਾਂ ਗਿਨੀਜ਼ ਬੁੱਕ ਦਾ ਵਰਲਡ ਰਿਕਾਰਡ ਦਾ ਨਾਮ ਮਿਲਣਾ ਚਾਹੀਦਾ। ਹਜ਼ਾਰ ਪੇਜ ਜਿਹੜਾ ਬੰਦੇ ਰੋਜ਼ ਲਿਖਦੇ ਨੇ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਐ ਕੇਵਲ ਤੇ ਕੇਵਲ ਪੰਜਾਬ ਦੇ ਹਾਲਾਤਾਂ ਤੋਂ ਧਿਆਨ ਹਟਾਉਣ ਵਾਸਤੇ ਪਾਲ ਸਾਹਿਬ ਤੇ ਸੁਖਬੀਰ ਜੀ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਹੁਣ ਵੇਖੋ ਤੁਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਇੱਕ ਪਹਿਲੂ ਹੈ ਫਿਕਸਡ ਮੈਚ ਵੇਖੋ ਕਿਵੇਂ ਚੱਲ ਰਿਹਾ ਸਰਕਾਰ ਦੇ ਵਿੱਚ ਤੇ ਆਪ ਦੇ ਆਪ ਨੂੰ ਜਿਹੜੇ ਪੰਥਕ ਕੋਉਂਦੇ ਆ ਮੋਰਚਿਆਂ ਤੇ ਬੈਠੇ ਆ ਫਿਕਸਡ ਮੈਚ ਵੇਖੋ ਸਰਕਾਰ ਵੱਲੋਂ ਤੁਣਕੇ ਮਾਰੇ ਜਾਂਦੇ ਆ ਤੇ ਜਿਵੇਂ ਆਪਾਂ ਉਹ ਦੇਖਦੇ ਆ ਨਾ ਤੁਸੀਂ ਦੇਖਣ ਜਾਂਦੇ ਹੋਗੇ ਸਕਟ ਸਕਟ ਤੇ ਉਹ ਉਹ ਨੱਚਦੇ ਆ ਉਹ ਜਾ ਕੰਮ ਚੱਲ ਰਿਹਾ ਹੈ ਘਟ ਪੁਤਲੀਆਂ ਬਿਲਕੁਲ ਸਿਆਸਤ ਵੇਖੋ ਕਿਵੇਂ ਹੋ ਰਹੀ ਹੈ ਇਹ ਮੈਂ ਕਿਉਂ ਕਹਿ ਰਿਹਾ ਸਭ ਤੋਂ ਦੁਖਦਾਈ ਘਟਨਾ ਤਾਂ ਸਾਡੇ ਵੀ ਮੇਰੇ ਵੀ ਗੋਲੀ ਵੱਜ ਜੇ ਨਾ ਤੇ ਬੇਅਦਬੀ ਦੇ ਜਿਹੜਾ ਜੇ ਕੋਈ ਬੇਅਦਬੀ ਹੋਵੇ ਉਹਦੇ ਮੁਕਾਬਲੇ ਚੋ ਕੁਝ ਵੀ ਨਹੀਂ ਹੈ ਸਭ ਤੋਂ ਦੁਖਦਾਈ ਘਟਨਾਵਾਂ ਸਾਰੀ ਸਿੱਖ ਕੌਮ ਵਾਸਤੇ ਬੇਅਦਬੀ ਦੀਆਂ ਘਟਨਾਵਾਂ ਬੇਅਦਬੀ ਦੀਆਂ ਘਟਨਾਵਾਂ ਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਨਵੈਸਟੀਗੇਸ਼ਨ ਹੋਈ ਚਲਾਨ ਆਏ ਦੋਸ਼ੀ ਨਾਮਜ਼ਦ ਹੋਇਆ ਟ੍ਰਾਇਲ ਚੱਲ ਪੇ ਉਦੋਂ ਨਹੀਂ ਇਹ ਬੋਲੇ ਕਿ ਸਾਨੂੰ ਇਨਸਾਫ ਮਿਲ ਗਿਆ ਉਦੋਂ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਸ਼ੁਕਰਾਨਾ ਕਰਾਂਗੇ ਜਾਂ ਮਾਰਚ ਕਰਾਂਗੇ ਕਿਉਂ ਕਿਉਂਕਿ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਜਾਂ ਬਾਦਲਾਂ ਦਾ ਨਾਂ ਨਹੀਂ ਸੀ ਬੈਬਲ ਕਲਾਂ ਦਾ ਚਲਾਨ ਆਇਆ ਐਂਡ ਐਂਡ ਵੇਖੋ ਵੱਡੀ ਗੱਲ ਮੋਰਚਾ ਕਿਸ ਨਾਂ ਤੇ ਹੈ ਬੇਅਦਬੀ ਇਨਸਾਫ ਮੋਰਚਾ ਸੋ ਜਦੋਂ ਬੇਅਦਬੀ ਦਾ ਇਨਸਾਫ ਹੋਇਆ ਉਦੋਂ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੇ ਆਕਾਵਾਂ ਨੂੰ ਪੋਲਿਟਿਕਲੀ ਸੂਟ ਨਹੀਂ ਕਰਦਾ ਸੀ ਉਹ ਫਿਰ ਬਾਈਬਲ ਇਨਸੀਡੈਂਟ ਤੇ ਆਜੋ ਦੁਖਦਾਈ ਬੜੀ ਘਟਨਾ ਉਹ ਦੋ ਸਿੰਘ ਸ਼ਹੀਦ ਹੋਏ ਉਹਦਾ ਚਲਾਨ ਪੇਸ਼ ਹੋਇਆ ਇਨਵੈਸਟੀਗੇਸ਼ਨ ਹੋਈ ਕੁਮਰ ਵਿਜੇ ਪ੍ਰਤਾਪ ਨੇ ਚਲਾਨ ਪੇਸ਼ ਕੀਤਾ ਉਦੋਂ ਨੇ ਇਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲ ਗਿਆ ਕਿਉਂ ਕਿ ਉਹਦੇ 'ਚ ਵੀ ਕਿਸੇ ਅਕਾਲੀ ਦਾ ਜਾਂ ਬਾਦਲ ਸਾਹਿਬ ਦਾ ਨਾਮ ਨਹੀਂ ਸੀ ਇਹਨਾਂ ਨੂੰ ਇਨਸਾਫ ਉਦੋਂ ਮਿਲਿਆ ਜਦੋਂ ਕੋਟਕਪੂਰੇ ਦੇ ਇੱਕ ਫਾਇਰਿੰਗ ਦੇ ਕੇਸ 'ਚ ਜਿਹਦੇ 'ਚ ਇੱਕ ਸਾਡੇ ਭਰਾ ਦੇ ਪੱਟ 'ਚ ਗੋਲੀ ਵੱਜੀ ਹੈ ਉਹਦੇ ਕੇਸ 'ਚ ਜਦੋਂ ਬਾਲ ਸਿੰਘ ਨੂੰ ਤੇ ਸੁਖਬੀਰ ਸਿੰਘ ਨੂੰ ਨਾਮਜ਼ਦ ਕੀਤਾ ਇਹਨਾਂ ਨੂੰ ਇਨਸਾਫ ਉਦੋਂ ਮਿਲਿਆ ਇਹ ਸਮਝਣ ਦੀ ਲੋੜ ਹੈ ਇਹਨਾਂ ਦੇ ਇਨਸਾਫ ਦੀ ਪਰਿਭਾਸ਼ਾ 'ਚ ਤੇ ਸਿੱਖ ਕੌਮ ਤੇ ਸੰਗਤ ਦੀ ਇਨਸਾਫ ਦੀ ਪਰਿਭਾਸ਼ਾ 'ਚ ਬੜਾ ਅੰਤਰ ਹੈ ਇਹਨਾਂ ਦੀ ਇਨਸਾਫ ਦੀ ਪਰਿਭਾਸ਼ਾ ਹੈ ਕਿ ਬਾਦਲਾਂ ਦਾ ਨਾਮ ਆਵੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਵੇ ਸੰਗਤ ਦੀ ਇਨਸਾਫ ਦੀ ਪਰਿਭਾਸ਼ਾ ਹੈ ਕਿ ਦੋਸ਼ੀ ਅਸਲੀ ਫੜੇ ਜਾਣ ਟਰਾਇਲ ਹੋਵੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂ ਜਿਵੇਂ ਮਲਕੇ ਕੇਸ ਚ ਹੋਇਆ ਇਹ ਅਕਤੂਬਰ ਦੀਆਂ ਦੁਖਦਾਈ ਘਟਨਾਵਾਂ ਜਿਹੜੀਆਂ ਬਰਗਾੜੀ ਹੋਈਆਂ ਉਸ ਤੋਂ ਬਾਅਦ ਮਲਕੇ ਬੇਅਦਬੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਨਵੰਬਰ ਚ ਸੱਟ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਕਾਰ ਕੋਲੇ ਉਹਦੀ ਇਨਵੈਸਟੀਗੇਸ਼ਨ ਰਹੀ ਪੰਜਾਬ ਪੁਲਿਸ ਕੋਲੇ ਇਨਵੈਸਟੀਗੇਸ਼ਨ ਕਨਕਲੂਡ ਕੀਤੀ ਮਲਜ਼ਮ ਦੋਸ਼ੀ ਨਾਮਜ਼ਦ ਕੀਤੇ ਟਰਾਇਲ ਕਰਾਏ ਤੇ ਸਜ਼ਾਵਾਂ ਵੀ ਹੋ ਗਈਆਂ ਪਿਛਲੇ ਸਾਲ ਕਿਉਂਕਿ ਉਹਨਾਂ 'ਚ ਸਿਆਸਤ ਨਹੀਂ ਹੋਈ ਇਹ ਅੱਜ ਤੱਕ ਕਿਉਂ ਉਲਝਿਆ ਹੋਇਆ ਹੈ ਕੌਮਸ ਇਨਸਾਫ ਤੋਂ ਕਿਉਂ ਵਾਂਜੀ ਹੈ ਕਿਉਂਕਿ ਇੰਨਾ ਮੁੱਦਿਆਂ ਤੇ ਇੰਨਾ ਕੇਸਾਂ ਦੇ ਵਿੱਚ ਕੇਵਲ ਤੇ ਕੇਵਲ ਸਿਆਸਤ ਹੋਈ ਹੈ ਜਦੋਂ ਤੱਕ ਅਕਾਲੀ ਦਲ ਦੀਆਂ ਸਰਕਾਰਾਂ ਸੀ ਉਦੋਂ ਤਾਂ ਪੰਜਾਬ ਦੀ ਇਨਵੈਸਟੀਗੇਸ਼ਨ ਨਹੀਂ ਮਨਜ਼ੂਰ ਸੀ ਉਦੋਂ ਸੀਬੀਆਈ ਚੰਗੀ ਸੀ ਜਦੋਂ ਸਰਕਾਰ ਆਪਦੀ ਬਣ ਗਈ ਉਦੋਂ ਸੀਬੀਆਈ ਮਾੜੀ ਹੋ ਗਈ ਸੀਬੀਆਈ ਤੋਂ ਇਨਵੈਸਟੀਗੇਸ਼ਨ ਲਿਆਓ ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਜਿਹੜੇ ਮੈਂ ਕੱਲ੍ਹ ਵੇਖ ਰਿਹਾ ਸੀ ਤੁਹਾਡੇ ਇਨਾਂ ਤੇ ਵੀ ਮੋਰਚੇ ਤੇ ਬੈਠੇ ਕੁਛ ਵੀਰ ਅਜ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਕਿਉਂਕਿ ਉਹਦੇ ਪਿਤਾ ਜੀ ਦਾ ਬੜਾ ਸਤਿਕਾਰ ਹੈ ਜੀਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵਿਰੋਧ ਲੜਦੇ ਆ ਜਿਹਦੀ ਜਾਨ ਗਈ ਕ੍ਰਿਸ਼ਨ ਭਗਵਾਨ ਸਿੰਘ ਮੈਂ ਉਹਦੇ ਪੁੱਤਰ ਦੀ ਦੇਖ ਰਿਹਾ ਸੀ ਵੀਡੀਓ ਸੁਖਰਾਜ ਸਿੰਘ ਬੜਾ ਬੋਲ ਰਿਹਾ ਸੀ ਕਹਿੰਦਾ ਜੀ ਆ ਤਾਂ ਪਬਲਿਕ ਡੋਮੇਨ ਛੁਣ ਨਾ ਆਗੇ ਦੋਸ਼ੀਆਂ ਦੇ ਇਹ ਵੇਖੋ ਕੰਬ ਰਿਹਾ ਇਹਨਾਂ ਦੇ ਬੁੱਲ ਕੰਬ ਰਿਹਾ ਸਾਰਾ ਕੁਝ ਹੁਣ ਪਬਲਿਕ ਡੋਮੇਨ ਚ ਆ ਗਿਆ ਮੈਂ ਉਹਨੂੰ ਦੱਸਣਾ ਚਾਹਣਾ ਮੇਰੇ ਵੀਰ ਹਜੇ ਬਹੁਤ ਕੁਝ ਹੈ ਜਿਹੜਾ ਪਬਲਿਕ ਡੋਮੇਨ ਚ ਨਹੀਂ ਆ ਮੇਰਾ ਮੂੰਹ ਨਾ ਖਲਾ ਐਸੇ ਕਰਕੇ ਚੁੱਪਾਂ ਕਿ ਤੇਰੇ ਪਿਤਾ ਦਾ ਸਤਕਾਰ ਹੈ ਜਿਨੇ ਕੌਮ ਪਿੱਛੇ ਸ਼ਹਾਦਤ ਦਿੱਤੀ ਹੈ ਤੇ ਜੇ ਮੈਂ ਸਾਰਾ ਕੁਝ ਪਬਲਿਕ ਡੋਮੇਨ ਚ ਰੱਖਤਾ ਤੇ ਫਿਰ ਕਿਸੇ ਨੂੰ ਮੂੰਹ ਦਿਖਾਉਣ ਲੈਕ ਨਹੀਂ ਰਹਿਣਾ ਤੇ ਉਹਨੂੰ ਵੀ ਪਤਾ ਮੈਂ ਕੀ ਜ਼ਿਕਰ ਕਰ ਰਿਹਾ ਇਹ ਸਿਆਸਤਾਂ ਬੰਦ ਹੋਣੀਆਂ ਚਾਹੀਦੀਆਂ ਐਸ ਮੁੱਦੇ ਤੇ 7 ਸਾਲ ਬੜੀ ਪੀੜਾ ਹੰਡਾ ਲਈ ਕੌਮ ਨੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸਰਕਾਰ ਵੀ ਹੱਥ ਬੰਨੇ ਪੰਜਾਬ ਨੂੰ ਬਲਦੀ ਅੱਗ ਚ ਨਾ ਸਿੱਟੋ ਧਿਆਨ ਜਿਹੜਾ ਹੈ ਨਾ ਇਹ ਧਿਆਨ ਭਟਕਾਉਣ ਨਾਲ ਤੁਸੀਂ ਵਕਤੀ ਤੌਰ ਤੇ ਤਾਂ ਲੋਕਾਂ ਦਾ ਧਿਆਨ ਭਟਕਾ ਸਕਦੇ ਹੋ ਝੂਠੇ ਚਲਾਨ ਪੇਸ਼ ਕਰਕੇ ਜਾਂ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਜਿਹੜੇ ਕੇਸ ਹੀ ਵੱਖਰੇ ਵੱਖਰੇ ਆ ਉਹਨਾਂ ਨੂੰ ਤੁਸੀਂ ਆਪ ਦਾ ਪ੍ਰਚਾਰ ਕਰਕੇ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰੋ ਪਰ ਉਹ ਧਿਆਨ ਭਟਕਾਉਣ ਨਾਲ ਪੰਜਾਬ ਦੇ ਹਾਲਾਤ ਨਹੀਂ ਠੀਕ ਹੋਣੇ ਅੱਜ ਹਰ ਬੰਦਾ ਘਰੋਂ ਨਿਕਲਣੋਂ ਡਰਦਾ ਹੈ ਅੱਜ ਹਰ ਬੰਦਾ ਪੰਜਾਬ 'ਚ ਅੱਗੇ ਤਾਂ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਸੋਚਦੇ ਸੀ ਅੱਜ ਆਪ ਦਾ ਭਵਿੱਖ ਨਹੀਂ ਇੱਥੇ ਪਤਾ ਲੱਗ ਰਿਹਾ ਕੀ ਬਣਨਾ ਸੋ ਮੈਂ ਬੇਨਤੀ ਕਰਦਾ ਜਿਹੜੀਆਂ ਸਾਡੇ ਤੇ ਆ ਝੂਠੇ ਪਰਚੇ ਇਹ ਬੜੇ ਬਥੇਰੇ ਅਕਾਲੀ ਦਲ ਨੇ ਪਹਿਲਾਂ ਵੀ ਇਹੋ ਜੀਆਂ ਲੜਾਈਆਂ ਲੜੀਆਂ ਇਹ ਅਸੀਂ ਲੜ ਲਾਂਗੇ ਕੋਈ ਨਹੀਂ ਤੁਸੀਂ ਪਾ ਦਿਓ ਜਿਹੜਾ ਝੂਠਾ ਪਾਉਣਾ ਸੀ ਪਾਤਾ ਪਰ ਸਰਕਾਰ ਆਪਦੀ ਮੁਢਲੀ ਜ਼ਿੰਮੇਵਾਰੀ ਜਿਹਦੇ ਪਿੱਛੇ ਸਰਕਾਰ ਨੂੰ ਚੁਣਿਆ ਲੋਕਾਂ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਭਾਈਚਾਰਕ ਸਾਂਝ ਕਾਇਮ ਰੱਖੋ ਆ ਕੱਲ ਪਰਸੋਂ ਇਨਵੈਸਟਮੈਂਟ ਸਮਿਟ ਕਰਾ ਕੇ ਹਟੇ ਆ ਇੱਕ ਕੰਪਨੀ ਨੇ ਬਹੁਤੀਆਂ ਤਾਂ ਆਈਆਂ ਹੀ ਨਹੀਂ ਸਭ ਤੋਂ ਵੱਡਾ ਇਹਨਾਂ ਨੇ ਨਾਮ ਪ੍ਰਕਾਸ਼ਿਤ ਕੀਤਾ ਕਿ ਡਾਕਟਰ ਨਰੇਸ਼ ਤਰੇਹਣ ਆ ਗਿਆ ਜੀ ਸਾਡੇ ਇੱਥੇ ਜਿਹਨੇ ਵਿਧਾਨਤਾ ਹਸਪਤਾਲ ਉਹ ਇੰਡਸਟਰੀਅਲਿਸ ਥੋੜੀ ਹੈ ਹੀ ਇਜ਼ ਅ ਡਾਕਟਰ ਉਹ ਕਿਹੜਾ ਇੰਡਸਟਰੀਅਲਿਸ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਵੇਲੇ ਦੀਆਂ ਫੋਟੋਆਂ ਵੇਖ ਰਿਹਾ ਸੀ ਬਾਲ ਸਾਹਿਬ ਨਾਲ ਇੱਕ ਪਾਸੇ ਅੰਬਾਨੀ ਮੁਕੇਸ਼ ਅੰਬਾਨੀ ਦੂਜੇ ਪਾਸੇ ਰਾਹੁਲ ਬਜਾਜ ਆਈਟੀਸੀ ਦਾ ਉਹ ਦਵੇਸ਼ਵਰ ਜੀ ਇਹੋ ਜਿਹੇ ਕਦਾਵਰ ਨਾਮੀ ਇੰਡਸਟਰੀਅਲਿਸ ਆਉਂਦੇ ਸੀ ਇਨਵੈਸਟ ਕਰਨ ਨੂੰ ਪੰਜਾਬ 'ਚ ਅੱਜ ਕੋਈ ਔਨ ਨੂੰ ਤਿਆਰ ਨਹੀਂ ਇੱਕ ਵੀ ਐਮਓਯੂ ਸਾਈਨ ਨਹੀਂ ਹੋਇਆ ਕਹਿੰਦੇ ਜੀ ਅਸੀਂ ਐਮਓਯੂ ਤਾਂ ਕਰਨਾ ਹੀ ਨਹੀਂ ਸੀ ਅਸੀਂ ਤਾਂ ਕਰਨਾ ਸੀ ਮੈਮੋਰੈਂਡਮ ਆਫ ਦਿਲ ਸੇ ਇਹ ਯਾਰ ਮੈਨੂੰ ਤਾਂ ਲੱਗਦਾ ਇਹੋ ਜਿਹੇ ਬਿਆਨ ਇਹੋ ਜੀਆਂ ਤੀਜਾ ਚਲਾਣ ਵੀ ਜੇ ਵੇਖੋ ਇਹ ਮੈਨੂੰ ਤਾਂ ਇਹ ਭਗਵੰਤ ਮਾਨ ਦਾ 8 ਵਜੇ ਤੋਂ ਬਾਅਦ ਲਿਖਿਆ ਲੱਗਦਾ ਹਾਲਾਤ ਹੈ ਕੋਈ ਪੰਜਾਬ ਦੇ ਸੋ ਲੋਕ ਇੱਕ ਪਾਸੇ ਇਨਵੈਸਟਰ ਸਮਿਟ ਚੱਲ ਰਿਹਾ ਦੂਜੇ ਪਾਸੇ ਉਹ ਅਮਰਤਪਾਲ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਤੇ ਕਬਜ਼ਾ ਕਰੀ ਜਾਂਦਾ ਕੌਣ ਇੱਥੇ ਇਨਵੈਸਟ ਕਰੂਗਾ ਇੱਥੋਂ ਤਾਂ ਲੋਕ ਬਾਹਰ ਨੂੰ ਤੁਰੇ ਜਾਂਦੇ ਆ ਮੈਂ ਤਾਂ ਹੈਰਾਨ ਐ ਯੂਪੀ ਤੇ ਬਿਹਾਰ ਚੋਂ ਇੰਡਸਟਰੀ ਪੰਜਾਬ ਚ ਆਉਂਦੀ ਹੁੰਦੀ ਸੀ ਅੱਜ ਰਿਵਰਸ ਮਾਈਗ੍ਰੇਸ਼ਨ ਹੋ ਗਈ ਆ ਉਧਰ ਨੂੰ ਸੋ ਇਹ ਹਾਲਾਤ ਸਰਕਾਰ ਦੀ ਜ਼ਿੰਮੇਵਾਰੀ ਐ ਸਰਕਾਰ ਕਾਬੂ ਪਾਵੇ ਇਹਨਾਂ ਤੇ ਨਹੀਂ ਤਾਂ ਲੋਕ ਬੜਾ ਵੱਡਾ ਸੰਘਰਸ਼ ਕਰਨਗੇ ਤੇ ਸਰਕਾਰ ਨੂੰ ਆਪਦੇ ਮੂੰਹ ਦੀ ਖਾਣੀ ਪਊ ਸਰ ਜਿਸ ਤਰ੍ਹਾਂ ਤੁਸੀਂ ਅੱਜ ਕਿਹਾ ਕਿ ਹੁਣ ਮੋਰਚੇ ਤੋਂ ਕਾਫੀ ਕੁਝ ਐ ਉਹਨਾਂ ਬਾਰੇ ਜੇ ਗੱਲ ਕਰਨ ਤੇ ਆਈਏ ਤਾਂ ਬਹੁਤ ਕੁਝ ਨਿਕਲ ਸਕਦਾ ਤੁਹਾਨੂੰ ਕੀ ਲੱਗਦਾ ਕਿਸ ਮੋਰਚੇ ਨਾਲੇ ਬੈਠੇ ਐ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਰਲੀ ਮਿਲੀ ਗੇਮ ਖੇਡਦੇ ਐ ਸਰਕਾਰ ਮੈਂ ਜਿੰਨੀ ਇੱਕ ਗੱਲ ਉਹਨਾਂ ਬਾਰੇ ਕਹਿਣੀ ਸੀ ਨਾ ਮੈਂ ਕਹਿ ਤੀ ਉਹ ਸਮਝ ਜਾਣਗੇ ਕੋਈ ਨਹੀਂ ਜੇ ਸਮਾਉ ਉਹ ਸੱਦ ਤੱਕ ਆਇਆ ਫਿਰ ਉਹ ਵੀ ਦੱਸ ਦਿਆਂਗੇ ਕੀ ਕੁਝ ਮਾੜਾ ਤੁਸੀਂ ਕਹਿੰਦੇ ਜੇ ਬਾਗ ਦਾ ਨਾਂ ਆ ਗਿਆ ਉਹ ਕਹਿੰਦੇ ਇਨਸਾਫ ਮਿਲ ਗਿਆ ਉਹਨੇ ਇਨਸਾਫ ਤਾਂ ਸਾਨੂੰ ਮਿਲਿਆ ਨਹੀਂ ਸਰਕਾਰ ਇਨਸਾਫ ਵਾਲੇ ਪਾਸੇ ਵਧੀ ਹੈ ਇਨਸਾਫ ਨਹੀਂ ਮਿਲਿਆ ਨਹੀਂ ਤੇ ਇਹ ਤਾਂ ਹੁਣ ਜਦੋਂ ਲੋਕਾਂ ਦਾ ਪ੍ਰੈਸ਼ਰ ਪੈਣ ਲੱਗ ਗਿਆ ਬੋਲੀ ਬਦਲ ਗਈ ਤੁਸੀਂ ਵੀ ਪਹਿਲਾਂ ਇੰਟਰਵਿਊ ਕਰਕੇ ਆਏ ਹੋ ਪਹਿਲੇ ਦਿਨ ਤਾਂ ਸਾਰੇ ਕਹਿ ਰਹੇ ਸੀ ਸਾਨੂੰ ਇਨਸਾਫ ਮਿਲ ਗਿਆ ਅਸੀਂ ਜੀ ਹੁਣ ਸਮਾਗਮ ਰੱਖਤਾ ਦੋ ਨੂੰ ਚਾਰ ਨੂੰ ਭੋਗ ਪਾਵਾਂਗੇ ਤੇ ਪੰਜ ਨੂੰ ਅਸੀਂ ਕਾਲ ਤਖਤ ਸਾਹਿਬ ਨੂੰ ਮਾਰਚ ਕਰਾਂਗੇ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਪ੍ਰੋਗਰਾਮ ਸ਼ੁਕਰਾਨੇ ਦਾ ਸ਼ੁਕਰਾਨੇ ਦਾ ਤੇ ਇੱਕ ਮਿੰਟ ਯਾਰ ਇੱਕ ਮਿੰਟ ਫਿਰ ਜੇ ਨਹੀਂ ਮਿਲਿਆ ਇਨਸਾਫ ਤੇ ਸ਼ੁਕਰਾਨਾ ਕਾਹਦਾ ਕਰਨ ਲੱਗੇ ਸੀ ਇਹ ਜਦੋਂ ਹੁਣ ਲੋਕ ਇਹਦੇ ਤੇ ਸਵਾਲ ਕਰਨ ਲੱਗ ਗਏ ਹੁਣ ਬੈਕ ਟਰੈਕ ਹੋ ਰਿਹਾ ਸਰ ਬੇਅਦਬੀ ਮਾਮਲਿਆਂ ਦੇ ਪੰਜਾਬ ਤੋਂ ਬਾਹਰ ਸੁਣਵਾਈ ਹੋਣੀ ਆ ਆ ਮੈਨੂੰ ਤਾਂ ਉਹੀ ਮੈਂ ਕਹਿ ਰਿਹਾ ਨਾ ਜੀ ਮੈਂ ਇਹੀ ਤਾਂ ਹੀ ਇੱਕ ਸਪਸ਼ਟ ਕੀਤਾ ਹੈ ਕਿ ਬੇਅਦਬੀ ਮਸਲੇ ਇੱਕ ਵੱਖਰਾ ਇਸ਼ੂ ਹੈ ਉਹਨਾਂ 'ਚ ਕਿਸੇ ਦਾ ਨਾਮ ਨਹੀਂ ਹੈ ਉਹਦਾ ਤਾਂ ਟ੍ਰਾਇਲ ਵੀ ਚੰਡੀਗੜ੍ਹ ਹੈ ਇਹ ਤਾਂ ਕੋਟਕਪੂਰਾ ਫਾਇਰਿੰਗ ਕੋਟਕਪੂਰਾ ਇਨਸੀਡੈਂਟ ਜਿਹਦੇ 'ਚ ਪੱਟੇ 'ਚ ਅਜੀਤ ਸਿੰਘ ਤੇ ਗੋਲੀ ਲੱਗੀ ਹੈ ਉਹਦੇ 'ਚ ਚਲਾਨ ਦਿੱਤਾ ਹੈ ਉਹ ਇੱਥੇ ਹੈਗਾ ਉਹ ਫੇਸ ਕਰ ਲਾਂਗੇ ਅਸੀਂ